ਹਾਂਜੀ, ਗੁੱਡ ਮਾਰਨਿੰਗ ਬਾਈ ਜੀ ਸਾਰਿਆਂ ਨੂੰ। ਮਤਲਬ ਗੇਮ ਦੇ ਹਿਸਾਬ ਨਾਲ ਵੀ ਅਤੇ ਆਪਣੀ ਜਿਹੜੀ ਵੀ ਸੁਬਾਹ ਆ ਜਾਂਦੀ ਹੈਗੀ, ਜਿੱਥੇ ਮੈਂ ਰਹਿਣਾ ਉੱਥੋਂ ਦੇ 8 ਵਜੇ ਅਤੇ ਇੰਡੀਆ ਦੇ 10:30 ਵਜੇ। ਠੀਕ ਹੈ, ਅਤੇ ਸਾਰਿਆਂ ਨੂੰ ਗੁੱਡ ਮਾਰਨਿੰਗ। ਅਤੇ ਸਾਹਮਣੇ ਖੜੀ ਟਰਾਲੀ, ਕਿਉਂਕਿ ਇਹ ਤੁਹਾਨੂੰ ਪਤਾ ਵੀ ਕਿਉਂ ਖੜੀ, ਕਿਉਂਕਿ ਪਿਛਲੀ ਵਾਰ ਆਪਾਂ ਇਹ 45 ਗ੍ਰਾਂ ਨਾਲ ਲੈ ਕੇ ਅਤੇ 45 ਗ੍ਰਾਂ ਖੜਾ ਸਾਹਮਣੇ। ਅਤੇ ਟਰੈਕਟਰ, ਅੱਜ ਜਿਹੜਾ ਨਵਾਂ ਟਰੈਕਟਰ ਆਊਗਾ ਨਾ, ਅਤੇ ਉਹਦਾ ਲਿੰਕ ਤੁਹਾਨੂੰ ਮਿਲ ਹੀ ਜਾਣਾ ਬਸ ਇਸੇ ਵੀਕ ਜਾਂ ਨੈਕਸਟ ਵੀਕ। ਠੀਕ ਹੈ, ਕਿਉਂਕਿ ਉਹਦੇ ਵਿੱਚ ਥੋੜ੍ਹੀਆਂ ਕਮੀਆਂ ਰਹਿੰਦੀਆਂ ਨੇ, ਕਮੀਆਂ ਪੂਰ ਕੀਤੀਆਂ ਤਾਂ ਟਰੈਕਟਰ ਤੁਹਾਡਾ। ਠੀਕ ਹੈ, ਕਿਉਂਕਿ ਕਮੀਆਂ ਤਾਂ ਮੈਂ ਹੁਣ ਵੀ ਦੇ ਦਿਆਂ ਟਰੈਕਟਰ, ਉਹ ਕੋਈ ਚੱਕਰ ਨਹੀਂ। ਬਹੁਤ ਪੁਰਾਣਾ ਬਣਿਆ ਹੋਇਆ ਯਾਰ, FS 19 ਦੇ ਸੀਗਾ ਉਹ। ਉਸ ਤੋਂ ਬਾਅਦ ਉਹਦੇ ਵਿੱਚ ਥੋੜ੍ਹਾ ਮੋਟਾ ਪੰਕਜ ਦਾ ਲਿੰਕ ਦਿੱਤਾ ਸੀਗਾ ਕਈ ਲੋਕਾਂ ਨੂੰ, ਉਸ ਤੋਂ ਬਾਅਦ ਇੱਦਾਂ ਹੀ ਚੱਲਦਾ ਰਿਹਾ। ਠੀਕ ਹੈ, ਤਾਂ ਉਹ ਆਪਣੇ ਕੋਲ FS 22 ਦੇ ਵਿੱਚ ਉਹ 4x4 ਬਣਾਇਆ ਹੋਇਆ ਸੀ। ਤਾਂ ਇੱਕ ਮੁੰਡਾ ਗਾ, ਠੀਕ ਹੈ, ਅਤੇ ਯਾਰ ਉਹਦਾ ਨਾਮ ਮੈਂ ਫਿਰ ਭੁੱਲ ਜਾਂਦਾ ਯਾਰ, ਮੈਨੂੰ ਇੰਸਟਾ 'ਤੇ ਮੈਸੇਜ ਕਰਦਾ ਹੁੰਦਾ। ਉਹਨੇ ਉਹ ਕਹਿ ਕੇ ਬਣਵਾਇਆ ਤਾਂ ਉਹਨੇ ਵੱਡਾ ਟਰੈਕਟਰ ਸੀਗਾ, ਜਿਹਦੇ ਮੂਹਰੇ ਜਿਹੜਾ ਤੁਹਾਡਾ ਯਾਦ ਹੋਵੇ ਨਿਸ਼ੂ ਨਾਲ ਇੱਕ ਮੁੰਡੇ ਦਾ ਬਲੌਗ ਆਇਆ ਸੀ ਜਾਟ ਵਾਲਾ, ਹੈ ਨਾ, ਉਹਦੀ ਡੈਥ ਤੋਂ ਪਹਿਲਾਂ, ਜਿਹੜੇ ਪਹਿਲਾਂ ਦੇ ਬਲੌਗ ਸੀ, ਉਹ ਟਰੈਕਟਰ ਬਣਵਾਇਆ ਬਾਈ ਨੇ। ਅਤੇ ਉਹ ਮੈਂ ਕਿਹਾ ਯਾਰ ਹਜੇ ਤੂੰ ਰੁਕ ਜਾ, ਅਤੇ ਅਸੀਂ ਤੈਨੂੰ ਸਿੰਪਲ ਦੇ ਦਿੰਦੇ। ਉਹ ਕਹਿੰਦਾ ਕੋਈ ਚੱਕਰ ਨਹੀਂ ਬਾਈ, ਸਿੰਪਲ ਬਣਾਓ, ਬਣਾਓ ਜਿਹਨੂੰ। ਚਲੋ ਸਿੰਪਲ ਟਰੈਕਟਰ ਯਾਰ, ਆ ਤਾਂ ਧੱਕਾ ਹੋ ਗਿਆ ਤੁਹਾਨੂੰ, ਮੈਂ ਦੱਸ ਹੀ ਬੈਠਾ ਨਾ ਵੀ ਕਿਹੜਾ ਟਰੈਕਟਰ ਸੀ। ਚਲੋ ਕੋਈ ਚੱਕਰ ਨਹੀਂ, ਅਤੇ ਹੁਣ ਆਪਾਂ ਪਹਿਲਾਂ ਨਾ ਜਾਣਾ ਬਾਈ ਫੋੜ, ਇਹ ਵੀ ਅੱਜ ਆਪਾਂ ਪਹੁੰਚਦਾ ਕਰ ਦੇਣਾ। ਇਹ ਇੱਥੋਂ ਪਹੁੰਚਣਗੇ ਆਪਣਾ ਓਹੋ 20 ਤੋਂ ਚੱਲਣੀ ਸੀ ਲਿਫਟ। ਇਹ ਹੁਣ ਆਪਾਂ ਜਾਂਦੇ ਹਾਂ ਆਪਣੀ ਕੀ ਕਹਿੰਦੇ ਹੁੰਦੇ ਨੇ ਵਰਕਸ਼ਾਪ, ਅਤੇ ਇਹ ਬਾਈ ਸਿਮਰ ਸੈਣੀ, ਗੁਲਸ਼ਾਨ ਅਤੇ ਗਿੱਲ ਬਾਈ, ਠੀਕ ਹੈ, ਤਿੰਨਾਂ ਦੇ ਬਾਈ ਟਰੈਕਟਰ ਹੈ ਯਾਰ ਇੱਥੇ ਨਾ ਆਪਣੇ ਕੋਲ। ਉਹ ਬਾਈ ਉਹ ਲੈ ਕੇ ਚੱਲਦੇ ਹਾਂ, ਉਹਦੇ ਨਾਲ ਬਾਹਰ ਟਰੈਕਟਰ ਆਪਾਂ ਇਹਦੇ ਬਾਗਰ ਪਾ ਕੇ ਲੈ ਜਾਂਦੇ ਹਾਂ। ਹੋਰ ਇੰਨਾ ਟਾਈਮ ਕਿਹੜਾ ਲਾਵੇ, ਕਿਹੜਾ ਵੇਸਟ ਕਰੇ ਟਾਈਮ, ਮੇਰੇ ਵੀਰ ਇੱਕ ਤਾਂ ਇਹ ਪੈਸੇ ਨਹੀਂ ਦਿੰਦੇ ਯਾਰ ਆਪਾਂ ਨੂੰ। ਠੀਕ ਹੈ, ਹੁਣ ਆ ਗਿੱਲ ਹੈ, ਕੰਮ ਕਰਾਉਣ ਨੂੰ ਵੀ ਹਾਂ ਵਰਗੇ, ਉਹ ਕਰ ਲਾਂਗੇ ਬਾਈ। ਹਾੜੀ ਸੋਹਣੀ, ਹਾੜੀ ਸੋਹਣੀ ਯਾਰ, ਹੁਣ ਅਸੀਂ ਵੀ ਗਾਹਾਂ ਪਾਈ ਜਿੱਥੋਂ ਪਾਰਟ ਲੈਂਦੇ ਹਾਂ, ਉਹਨਾਂ ਨੂੰ ਵੀ ਹਾੜੀ ਸੋਹਣੀ, ਹੁਣ ਕਿੰਨਾ ਹਾੜੀ ਸੋਹਣੀ, ਹਾੜੀ ਸੋਹਣੀ ਕਰੀ ਚੱਲੀਏ। ਠੀਕ ਹੈ, ਉਹਨਾਂ ਨੂੰ ਵੀ ਅਸੀਂ ਪੈਸੇ ਦੇਣੇ ਹੁੰਦੇ ਆ, ਅਸੇ ਉਮਰ ਦਾ ਤੁਹਾਨੂੰ ਪਤਾ ਹੀ ਹੈ। ਇਹਨੂੰ ਜੇ ਕਹਿੰਦੇ ਵੀ ਪੈਸੇ ਦੇ ਦੇ, ਇਹ ਕਹਿੰਦਾ ਬਾਈ ਮੈਂ ਖਰੀਦ ਲਏ ਕ੍ਰਿਪਟੋ 'ਚ ਪੈਸੇ ਲਾ ਤੇ, ਮੈਂ ਐਂ ਕਰਤਾ, ਮੈਂ ਉਹ ਕਰਤਾ, ਵੀ ਭਰਾਵਾ ਤੂੰ ਕਰਤਾ, ਸਾਡੇ ਤਾਂ ਪੈਸੇ ਦੇ ਤੂੰ। ਆ ਪਤਾ ਨਹੀਂ ਕੀ ਚੱਕਰ ਹੋਇਆ, ਗਲਿਚ ਬੜਾ ਤਕੜਾ ਆਇਆ ਸੀ ਗੇਮ ਦੇ ਵਿੱਚ। ਚੱਲ ਆਪਾਂ ਟਰੈਕਟਰ ਪਾ ਲਈਏ, ਮੈਨੂੰ ਵੀ ਨਹੀਂ ਸਮਝ ਆਇਆ ਸੀ ਵੀ ਹੋ ਕੀ ਗਿਆ ਸੀ। ਚੱਲ ਵੀ 45 ਗਿਆ, ਚੱਲੀਏ ਤੈਨੂੰ ਲੈ। ਲਓ ਵੀ ਮੁੜਿਓ, ਕਹਿੰਦੇ ਵੀ ਚੱਲੇ ਹਾਂ 45 ਗਿਆਰਾਂ ਨੂੰ ਲੈ ਕੇ ਆਪਾਂ ਵਰਕਸ਼ਾਪ, ਅਤੇ ਉੱਥੇ ਦੂਜਾ ਟਰੈਕਟਰ ਬਾਈ ਲਾਰਸ ਉੱਥੇ ਖੜਾ, ਅਤੇ ਗੁਨਸ਼ਾਨ ਬਾਈ ਉਹ ਬੰਦਾ ਬੜੀ ਤਕੜੀ ਆਈਟਮ ਹੈ, ਉਹਨੂੰ ਚੀਜ਼ਾਂ ਨਹੀਂ ਪਸੰਦ ਆਉਂਦੀਆਂ, ਉਹ ਕਹਿੰਦਾ ਇੱਥੋਂ ਐਂ ਨਹੀਂ ਕਰੋ, ਇੱਥੋਂ ਐਂ ਕਰੋ, ਉਹਨੂੰ ਇੱਥੋਂ ਐਂ ਕਰੋ। ਮੈਂ ਕਿਹਾ ਵੀ ਪਹਿਲਾਂ ਐਂ ਕਰਿਆ ਕਰ, ਬਲੈਂਕ ਚੈੱਕ ਦੇ ਜਾ ਕਰ, ਜੋ ਮਰਜ਼ੀ ਕਰਵਾਈ ਜਾਏ। ਠੀਕ ਹੈ, ਹੁਣ ਅਸੀਂ ਕੀ ਕਰੀਏ ਦੱਸ ਮੇਰੇ ਵੀਰ, ਕੀ ਕਰੀਏ। ਚਲੋ ਜੀ ਫੋਨ, ਅਤੇ ਇਹ ਫੋਨ ਦਾ ਲਿੰਕ ਤੁਹਾਨੂੰ ਕਹਿਤਾ, ਹੁਣ ਆਪਾਂ ਨੈਕਸਟ ਵੀਕ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜਾਣਾ, ਕਿਉਂਕਿ ਇਹਦੇ ਵਿੱਚ ਥੋੜ੍ਹੀਆਂ ਚੀਜ਼ਾਂ ਇਹਦੀਆਂ ਵੀ ਕਰਨੀਆਂ ਨੇ, ਮੀਟਰ ਮੂਟਰ ਤੁਹਾਨੂੰ ਚਲਾ ਕੇ ਗੇਅਰ ਚੱਲਦੇ, ਅਤੇ ਗੇਅਰ ਨੋਰਮਲੀ ਰੱਖਣੇ ਉਹ ਦੱਸ ਦਿਓ,
ਸਾਈਡ ਕਰਨੇ ਉਹ ਦੱਸ ਦਿਓ, ਯਾਰ ਸਭ ਕੁਝ ਕਰ ਦਿਆਂਗੇ, ਠੀਕ ਆ, ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਇੱਥੇ ਕਿਹੜਾ ਖਾਲਾ ਕਿਸੇ ਨੂੰ ਕਹਿਣਾ ਵੀ ਬਈ ਆਹ ਕਰਕੇ ਦੇ, ਹੈ ਨਾ। ਬਾਕੀ ਮਿਸਤਰੀ ਆਪਣੇ ਕੋਲ ਹੁਣ ਬਹੁਤ ਹੋ ਗਏ, ਮਿਸਤਰੀਆਂ ਦਾ ਸਿਸਟਮ ਹੀ ਉਹ ਕਰਤਾ, ਕਹਿੰਦੇ ਵੀ ਜਿਵੇਂ ਮਾੜਾ ਮੋਟਾ ਸੈਣੀ ਵੀ ਠਾ ਠੱਪ ਕਰ ਲੈਂਦਾ। ਗੁਨਸ਼ਾਨ ਤਾਂ ਆਪਣਾ ਹੁਣ ਇੱਕ ਉੱਭਰਦਾ ਹੋਇਆ ਖਿਡਾਰੀ ਹੈ, ਇੱਕ ਅਰਮਾਨ ਪੱਟੀ, ਠੀਕ ਆ, ਉਹ ਤਾਂ ਤੈਨੂੰ ਪਤਾ ਹੀ ਹੈ ਉਹ ਬਹੁਤ ਤਕੜੀ ਚੀਜ਼ ਹੈ, ਉਹਨੂੰ ਜੋ ਮਰਜ਼ੀ ਕਰਵਾ ਲੈ। ਕਲੇਅਰ ਆਪਣਾ ਹਜੇ ਥੋੜ੍ਹਾ ਜਿਹਾ ਨਲਾਇਕ ਆ ਯਾਰ, ਕਲੇਅਰ ਨਲਾਇਕੀਆਂ ਬਹੁਤ ਕਰਦਾ, ਠੀਕ ਹੈ, ਉਹ ਨਲਾਇਕ ਆਪਣੇ ਜਿਹੜੇ ਛਿੱਤਰ ਖਾਣ ਦੀਆਂ ਗੱਲਾਂ ਕਰਦਾ। ਉਹ ਟਰੈਕਟਰ ਖੜ੍ਹਾ ਸਾਹਮਣੇ ਦੇਖ ਰਿਹਾ, ਜੇ ਦਿਖ ਗਿਆ ਹੋਇਆ ਦੱਸ ਦਿਓ, ਹਜੇ ਐਂ ਦਿਖਣਾ ਨਹੀਂ ਤੁਹਾਨੂੰ ਵੀ ਕਿਹੜਾ, ਅਤੇ ਕਿਉਂਕਿ ਆਪਾਂ ਨਾ ਪਹਿਲਾਂ ਆਹ ਕੱਢ ਦਈਏ, ਅਤੇ ਮੁੰਡੇ ਟਰੱਕ ਆ ਚੁੱਕਿਆ, ਟਰੈਕਟਰ ਤੁਹਾਨੂੰ ਹਜੇ ਵੀ ਦਿਖਾਉਣਾ ਸੀ, ਦਿਖਾਵਾਂਗੇ ਜਦੋਂ ਅਸੀਂ ਆਪਾਂ ਜਾਣਾ ਹੋਇਆ ਨਾ। ਮਾਰੀਏ ਸੈਲਫ ਟਰੱਕ ਦਾ ਅਤੇ ਕਰੀਏ ਆਏ ਹਾਂ ਲੋਚ ਲਾ ਤੀਆਂ, ਕਹਿੰਦੇ ਜੈਕ ਯੁੱਕ ਲਾ ਤੇ ਟਰੈਕਟਰ ਚੜਾ ਦਈਏ। ਅਤੇ ਫੋੜ ਤੁਹਾਨੂੰ ਫਿਰ ਮੈਂ ਕਹਿਣ ਲੱਗਾ ਵੀ ਫੋੜ ਇੱਦਾਂ ਹੀ ਆਹੀ ਹਾਲਤ ਦੇ ਵਿੱਚ ਤੁਹਾਨੂੰ ਫੋੜ ਦਾ ਲਿੰਕ ਦੇਵਾਂਗੇ, ਅਤੇ ਬਸ ਸਲੈਂਸਰ ਉਹਦੇ ਲਾ ਲੈਂਗੇ ਥੋੜ੍ਹਾ ਜਿਹਾ ਘੈਂਟ, ਕਿਉਂਕਿ ਸਲੈਂਸਰ ਤਾਂ ਥੋੜ੍ਹਾ ਜਿਹਾ ਘੈਂਟ ਹੀ ਚਾਹੀਦਾ। ਓਏ ਓਏ ਓਏ, ਟਰੈਕਟਰ ਨਾ ਦਿਖਾਉਣ ਦੇ ਚੱਕਰ 'ਚ ਕੰਮ ਕਰ ਲਿਆ ਸੀ, ਠੀਕ ਹੈ। ਓਏ ਹੋਏ ਹੋਏ, ਬੱਲੇ 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 ਬੱਲੇ, ਇਹਨੂੰ ਨਿਊਟਰਲ ਕਰ ਦਈਏ, ਤੇ ਲਓ ਵੀ ਮੁੰਡੇ ਨਹੀਂ ਯਾਰ ਗਲਤ ਹੋ ਗਿਆ, ਆਹ ਤਾਂ ਸਵਰਾਜ ਖੜ੍ਹਾ ਆਪਣਾ, ਟਰੈਕਟਰ ਤਾਂ ਉਹ ਖੜ੍ਹਾ ਉੱਧਰ ਦੂਜਾ ਤਾਂ, ਹੁਣ ਚਲਾਈਏ ਬਈ ਇਹਨੂੰ। ਆਹ ਤਾਂ ਬੜੀ ਤਕੜੀ ਚੀਜ਼ ਆਈ ਆ, ਡੈੱਕ ਡੋਕੇ ਤਾਂ ਪੂਰਾ ਘੈਂਟ ਵਾਲਾ ਲਾਇਆ, ਸਾਡੇ ਵੱਲੋਂ ਅਸੀਂ ਕਹਿੰਦੇ ਕੋਈ ਕਮੀ ਨਹੀਂ ਛੱਡਦੇ, ਬਾਕੀ ਜਿਹਨੂੰ ਲੱਗੀ ਜਾਂਦੇ ਜੇ ਕੱਢੀ ਜਾਣੀਆਂ ਨੇ, ਉਹ ਆਪਣੀ ਫੱਟੀ ਰਹਿ ਗਈ ਸੀ, ਉਹ ਤਾਂ ਸਾਲਾ ਕੰਮ ਗਲਤ ਹੋ ਗਿਆ ਸੀ, ਫੱਟੀ ਤਾਂ ਆਪਾਂ ਲੈ ਕੇ ਜਾਣੀ ਸੀ। ਅਤੇ ਆਹ ਸਵਰਾਜ ਦਾ ਵੀ ਕੰਮ ਤੁਹਾਨੂੰ ਦੱਸਿਆ ਸੀ ਮੈਂ ਕਰਵਾਉਣਾ, ਡੈੱਕ ਡੁੱਕ ਲਵਾਉਣਾ, ਅਤੇ ਇਹ ਵੀ ਬਾਈ ਜਿਨ੍ਹਾਂ ਦਾ ਹੋਊ ਉਹਨੂੰ ਦੇ ਦਿਆਂਗੇ। ਅਤੇ ਆਪਣੇ ਵਾਲੇ ਛੋਟੇ ਬੱਚੀ ਦੀ ਟੁੱਟ ਗਈ ਲੱਤ, ਅਤੇ ਉਹ ਰੈਸਟ 'ਤੇ ਆ ਹਜੇ, ਕਿਉਂਕਿ ਉਹ ਹੋ ਗਿਆ ਸੀ ਫੇਲ, ਅਤੇ ਫਿਰ ਉਹਦਾ ਚਾੜਿਆ ਕਟਾਪਾ, ਠੀਕ ਹੈ। ਅਤੇ ਹੁਣ ਚਲਾਈਏ ਦੂਜਾ, ਆਹ ਆਪਣਾ ਖੜਾ ਬਾਈ ਜੀ, ਆਹ ਖੜਾ ਇਹ ਤਾਂ ਤੁਹਾਨੂੰ ਪਤਾ ਯਾਰ ਇਹਨੇ ਕੰਨ ਖਾ ਲੈਣੇ, ਇਹਨੂੰ ਮੈਂ ਸਟਾਰਟ ਕਰਦਾ ਹੀ ਮੈਨੂੰ ਦਿੱਕਤ ਬਹੁਤ ਆਉਂਦੀ ਵੀ ਇਹਨੂੰ ਮੈਂ ਸਟਾਰਟ ਹੀ ਨਾ ਕਰਾਂ ਕੰਜਰ। ਭੱਜਦਾ ਹੀ ਬਹੁਤ ਤੇਜ਼ ਹੋ ਗਿਆ, ਲਓ ਵੀ ਚੋਬਰੋ ਲਾ ਦੀਆਂ, ਕਹਿੰਦੇ ਉਹ ਆਹ ਕਿੱਦਾਂ ਇੱਦਾਂ ਤਾਂ ਚੜ ਗਿਆ ਟਰੈਕਟਰ, ਚੱਲ ਲੈ ਜਾਵਾਂਗੇ ਆਪਾਂ ਇਹਨੂੰ ਟਰੱਕ ਨੂੰ ਲੱਦ ਗਿਆ ਤੂੰ ਸਾਈਡ 'ਤੇ, ਅਤੇ ਉਸਨੂੰ ਟਰੈਕਟਰ ਦਿਖਾਈਏ ਕਿਉਂਕਿ ਆਪਾਂ ਆਪਣੇ ਕੰਮ ਕਰੀਏ, ਅਤੇ ਇਹ ਡਰਾਈਵਰ ਨੂੰ ਕਹਿ ਦਾਂਗੇ ਵੀ ਤੂੰ ਲੈ ਜਾ ਭਾਈ, ਠੀਕ ਆ ਨਾ, ਵੀ ਇਹਨਾਂ ਦੀ ਗਰੰਟੀ
ਸਾਡੀ ਨਹੀਂ ਹੈ, ਇਹਨੂੰ ਜਿੱਥੇ ਮਰਜ਼ੀ ਤੂੰ ਛੱਡ ਕੇ ਆਉਣਾ ਛੱਡਿਆ। ਤਿੰਨ ਟਰੈਕਟਰ ਚਾੜੇ ਨੇ ਅਤੇ ਚਲੋ ਜੀ, ਇਹਨੂੰ ਆਪਾਂ ਇੱਥੇ ਸਾਈਡ 'ਤੇ ਲਾ ਦਈਏ। ਓਕੇ ਜੀ, ਆ ਜਾਓ ਜੀ ਚੋਬਰੋ ਹੁਣ। ਤੁਹਾਡਾ ਫੇਵਰੇਟ ਟਰੈਕਟਰ, ਤੁਹਾਡਾ ਨਹੀਂ ਕਈਆਂ ਦਾ ਹੋਣਾ ਯਾਰ, ਹਰ ਇੱਕ ਨੂੰ ਨਹੀਂ ਕਹਿ ਸਕਦੇ, ਫਿਰ ਅਗਲਾ ਗੁੱਸਾ ਕਰਦਾ ਯਾਰ, ਸਾਨੂੰ ਤਾਂ ਇਹ ਪਸੰਦ ਹੀ ਨਹੀਂ ਨਾ। ਕਰੋ ਮੁੰਡੇ ਚੈੱਕ, ਠੀਕ ਹੈ, ਸਿੰਪਲ ਟਾਇਰਾਂ ਦੇ ਵਿੱਚ ਮੂਹਰਲੇ ਟਾਇਰ ਇਹਦੇ ਨਾੜਗੇ ਨਾਲ ਆ, ਪਿਛਲੇ ਵੀ ਉੱਡਾ ਹੀ ਲੱਗਦੇ ਕਿਉਂਕਿ ਟਰੈਕਟਰ ਥੋੜ੍ਹਾ ਜਿਹਾ ਵੱਡਾ ਹੈਗਾ ਤਾਂ ਕਰਕੇ ਇਹ ਲੱਗਦਾ, ਅਤੇ ਇਹਦੇ ਨਾ ਮੜਗਾੜ ਸਹੀ ਕਰਨ ਵਾਲਿਆ ਉਹ ਆਪਾਂ ਕਰ ਦਾਂਗੇ, ਉਹ ਸਾਡਾ 5 ਮਿੰਟਾਂ ਦਾ ਕੰਮ ਹੈ ਅਤੇ ਜਦੋਂ ਇਹਨੂੰ ਕਰਨਾ ਹੋਇਆ, ਠੀਕ ਹੈ। ਇਹਦੇ ਇੱਕ ਦੋ ਹੋਰ ਚੀਜ਼ਾਂ ਕਰਨ ਵਾਲੀਆਂ ਨੇ, ਟਾਇਰ ਟੂਰ ਤਾਂ ਸਿਰੇ ਹੀ ਲਾਉਂਦਾ, ਠੀਕ ਹੈ, ਟਾਇਰਾਂ ਦੀ ਤੁਸੀਂ ਗੱਲ ਹੀ ਨਾ ਛੱਡ। ਚੀਜ਼ ਬਹੁਤ ਤਕੜੀ ਹੈ, ਆਏ ਹਾਏ, ਜਾਨ ਵੀ ਬਹੁਤ ਹੈ। ਪਿਛਲੇ ਮੜਗਾੜ ਸਹੀ ਕਰਕੇ, ਵੈਸੇ ਤਾਂ ਇੱਦਾਂ ਦੇ ਹੁੰਦੇ, ਥੋੜ੍ਹਾ ਜਿਹਾ ਫਰਕ ਹੁੰਦਾ, ਆਪਾਂ ਚੱਲ ਜ਼ਿਆਦਾ ਪਾ ਰੱਖਿਆ। ਅਤੇ ਬਾਕੀ ਕੀ ਕਹਿੰਦੇ ਨੇ ਮੇਰਾ ਭਰਾ ਮੜਗਾੜ ਹੋ ਗਏ, ਅਤੇ ਇੱਕ ਦੋ ਕੰਮ ਹੋਰ ਮੈਂ ਕੀ ਕਹਿੰਦਾ, ਮੇਰੇ ਯਾਦ ਨਹੀਂ ਦਿਮਾਗ ਤੋਂ ਨਿਕਲ ਗਈ ਗੱਲ ਯਾਰ, ਕੀ ਸੀ ਭੁੱਲ ਗਿਆ। ਹਾਂ, ਰਿਮ, ਕਿਉਂਕਿ ਰਿਮਾਂ ਨੂੰ, ਰਿਮਾਂ ਦੀ ਕਈ ਬੰਦੇ ਕਹਿੰਦੇ ਵੀ ਰਿਮ ਯਾਰ ਤੁਸੀਂ ਰਿਮ ਨਹੀਂ ਸਹੀ ਪਾਉਂਦੇ, ਕੋਈ ਚੱਕਰ ਨਹੀਂ, ਰਿਮ ਵੀ ਪਾਵਾਂਗੇ। ਓਏ ਹੋਏ ਹੋਏ, ਤੂੰ ਚੈੱਕ ਕਰੋ ਯਾਰ, ਠੀਕ ਹੈ, ਟਰੈਕਟਰ ਚੈੱਕ ਕਰੋ ਤੁਸੀਂ, ਲੱਗਦਾ ਜਿਵੇਂ ਏਜੰਸੀ 'ਚੋਂ ਕਢਾਇਆ ਹੁੰਦਾ। ਓਏ ਹੋਏ, ਉਲਟਾਉਣਾ ਨਹੀਂ ਪਹਿਲੇ ਦਿਨ ਹੀ, ਲਓ ਵੀ ਮੁੰਡੋ, ਚੱਲੀਏ ਹੁਣ ਆਪਾਂ ਘਰ ਵੱਲ, ਅਤੇ ਇਹਦੀ ਥੋੜ੍ਹੀ ਮੋਟੀ ਟੈਸਟਿੰਗ ਕਰਾਂਗੇ। ਕਹਿੰਦੇ ਕਿਹੜਾ ਲਿਆਂਦਾ, ਕਹਿੰਦੇ ਜੀ 963 ਸਿੰਪਲ। ਹੁਣ ਤੁਸੀਂ, ਤੁਹਾਨੂੰ ਦੂਜਾ ਜਿਹੜਾ ਦੋ ਟਰੈਕਟਰ ਹੈ, ਠੀਕ ਹੈ, ਇੱਕ ਜਿਹੜਾ ਨਿਸ਼ੂ ਵਾਲਾ ਜੌਂਡੀਆਂ ਦਾ ਲਿੰਕ ਤੁਹਾਨੂੰ ਦੇ ਦਿੱਤਾ, ਸਵਰਾਜ, ਠੀਕ ਹੈ, ਉਹ ਵੀ ਆਪਾਂ ਉਹਦਾ ਲਿੰਕ ਦੇਣਾ, ਅਤੇ ਇੱਥੇ ਹੁਣ ਤੁਹਾਨੂੰ ਸਟੰਟ ਕਰਕੇ ਦਿਖਾਉਣੇ ਇਹਦੇ ਨਾਲ, ਠੀਕ ਹੈ, ਅਤੇ ਫੱਟੀ ਚੱਲ ਪਈ ਰਹਿਣ ਦੇ, ਹੁਣ ਦੇਖੀ ਚੱਲੋ ਤੁਸੀਂ ਟਾਇਰ ਘੁਮਾਉਂਦਾ। ਓਏ ਹੋਏ ਹੋਏ, ਆਏ ਹਾਏ ਹਾਏ, ਓਏ ਕੈਮਰਾ ਕੱਜ ਰੜ ਗਿਆ, ਦਿੰਦਾ ਸਵਾ ਫਿਰ ਕਿ ਨਹੀਂ, ਪੈਸਾ ਵਸੂਲ, ਪਤਾ ਕੀ ਚੱਕਰ ਹੋ ਗਿਆ, ਹੁਣ ਤੁਹਾਨੂੰ ਦੱਸਦਾ ਕੀ ਗੱਲ ਕੀ ਹੋਈ, ਜਿਹੜੀ ਆਪਣੀ ਡਰਾਈਵਰ ਨਹੀਂ ਸੀ ਉਹ ਵੜ ਗਈ ਥੱਲੇ, ਕਿੰਨੀ ਕੁ ਗੱਲਬਾਤ ਆ ਉਹ ਆਪਾਂ।
ਯਾਰ ਇੰਨਾ ਵਧੀਆ ਸੀ ਕੈਮਰਾ, ਕਿੱਦਾਂ ਕਿਉਂ ਕਰਦਾ ਇਹ? ਫੇਰ ਅੜ ਗਿਆ ਪਤੰਦਰ, ਲੈ ਦੱਸ। ਕਹਿੰਦੇ ਐਂ ਤਾਂ ਫਿਰ ਸਟੰਟ ਹੋਣੇ ਨਹੀਂ ਨਾ ਚੋਪਰਾ, ਇਹ ਤਾਂ ਫਿਰ ਸਟੰਟ ਨਾ ਕਰਨ ਵਾਲੀਆਂ ਗੱਲਾਂ ਹੋਈਆਂ ਨਾ। ਆਪਾਂ ਕੋਈ ਨਹੀਂ, ਅਸੀਂ ਬਾਹਲਾ ਨਹੀਂ ਅੱਗੇ ਲੈ ਕੇ ਜਾਂਦੇ। ਇੱਦਾਂ ਸਹੀ ਆ ਫਿਰ, ਮੈਨੂੰ ਤਾਂ ਪਤਾ ਵੀ ਕੀ ਚੀਜ਼ ਹੋਈ, ਬਟ ਤੁਹਾਨੂੰ ਵੀ ਆਪਾਂ ਦੱਸਾਂਗੇ ਟਾਈਮ ਨਾਲ ਹੀ ਕਿਉਂ ਅਤੇ ਕੀ ਰੀਜ਼ਨ ਹੋ ਗਿਆ ਜਿਹੜਾ ਇੱਦਾਂ ਕਰਦਾ ਟਰੈਕਟਰ। ਕਿਉਂਕਿ ਹਰ ਇੱਕ ਟਰੈਕਟਰ ਦੀ ਆਪੋ ਆਪਣੀ ਸੈਟਿੰਗ ਹੁੰਦੀ ਆ, ਅਤੇ ਟਾਇਰ ਵੱਡੇ ਛੋਟੇ ਪਾਉਣੇ ਹੁੰਦੇ ਆ, ਤਾਂ ਹੋਰ ਵੀ ਕਈ ਸੈਟਿੰਗਾਂ ਹੁੰਦੀਆਂ ਨੇ ਜਿਹੜੀਆਂ ਕਰਨੀਆਂ ਹੁੰਦੀਆਂ ਆਪਾਂ, ਠੀਕ ਹੈ? ਅਤੇ ਉਹ ਸੈਟਿੰਗਾਂ ਦਾ ਵੀ ਮੇਨ ਕਹਿੰਦੇ ਵੀ ਰੀਜ਼ਨ ਹੈਗਾ ਜਿਹੜਾ ਇਹ ਇੱਦਾਂ ਕਰਦਾ ਟਰੈਕਟਰ। ਹੁਣ ਬੀਜੀ ਹੋਈ ਮੱਕੀ ਦੇ ਵਿੱਚ ਜਲੂਸ ਕੱਢੀ ਜਾਂਦੇ, ਆਏ ਹਾਏ ਹਾਏ ਹਾਏ। ਅਤੇ ਹੁਣ ਉਹ ਚੱਕਰ ਪੈ ਗਿਆ, ਠੀਕ ਹੈ, ਥੱਲੇ ਉਹ ਲੱਗ ਜਾਂਦਾ ਜਦੋਂ, ਅਤੇ ਉਦੋਂ ਇਹ ਪ੍ਰੋਬਲਮ ਆਉਂਦੀ। ਚਲੋ ਕੋਈ ਨਹੀਂ, ਇਹ ਤਾਂ ਨਿੱਕੀ ਜਿਹੀ ਗੱਲ ਚੀਜ਼ ਹੈ, ਇਹ ਤਾਂ ਮੈਂ ਕਰ ਦੇਣੀ ਸੈੱਟ। ਅਤੇ ਹੁਣ ਕੰਮ ਵਾਲੀਆਂ ਚੀਜ਼ਾਂ ਜਿਹੜੀਆਂ ਕਰਨਗੇ ਉਹ ਕਰੀਏ, ਟਰਾਲੀ ਪਾਉਂਦੇ ਇਹਦੇ ਮਗਰ, ਅਤੇ ਚੱਲਦੇ ਹਾਂ ਵੇਚਣ। ਅਤੇ ਹਲ ਹੁਲ ਤਾਂ ਇਹ ਪੂਰੇ ਤੁਹਾਨੂੰ ਦੱਸ ਹੀ ਦੇਣਾ ਵੀ ਕਿਆ ਬਾਤਾਂ ਹੀ ਕਰਦਾ, ਘੁੱਗੀਆਂ ਪਹਿਣ ਭੱਟਾ ਵਿੱਚ। ਲਓ ਵੀ ਮੁੰਡੇ ਕੀ ਲੱਗਦਾ ਫਿਰ ਤੁਹਾਨੂੰ ਵੀ ਲੈ ਜੂ ਟਰਾਲੀ ਖਿੱਚ ਕੇ ਪਹਿਲੇ ਹੱਲੇ, ਚੀਜ਼ ਕੱਬੀ ਆ ਯਾਰ। ਅਤੇ ਆਹ ਸ਼ੋਅ ਤਾਂ ਵੈਸੇ ਮੈਨੂੰ ਵਧੀਆ ਨਹੀਂ ਲੱਗਦੀ ਸ਼ੋਅ, ਆਪਣੇ ਕੋਲ ਇੱਕ ਹੋਰ ਹੈ ਜਿਹੜੀ ਆਪਾਂ ਬਣਵਾਈ ਸੀ ਕਿਸੇ ਤੋਂ, ਠੀਕ ਹੈ? ਅਤੇ ਆਏ ਹਾਏ ਲਓ ਮੁੰਡੇ, ਟਰਾਲੀ ਦਾ ਤਾਂ ਬਣਾ ਦੂ ਕਹਿੰਦੇ ਬਲੋਰਾ, ਬਰੋਲਾ ਬਣਾ ਦੂ ਟਰਾਲੀ ਦਾ, ਬਰੋਲਾ। ਤਾਪਦਾ ਹੀ ਨਹੀਂ ਪਤੰਦਰ, ਓਏ ਹੋਏ ਹੋਏ ਹੋਏ, ਤੂੰ ਤਾਂ ਮਰਜ਼ੀ ਲਈ ਫਿਰ ਇਹਨੂੰ। ਘੁੱਗੀਆਂ ਪਹਿਣ ਭੱਟਾਂ ਵਿੱਚ, ਤਾਰੇ ਨਾਲ ਸਵੇਰੇ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਆ ਬਈ। ਟਰੈਕਟਰ ਦੱਸੋ ਫਿਰ ਕਿੱਦਾਂ ਲੱਗਦਾ ਆਉਂਦਾ? ਕਹਿੰਦਾ ਝੋਟਾ ਹੀ ਹੈ ਮੇਰੇ ਵੀਰੋ, ਝੋਟਾ। ਇਹਦਾ ਲਿੰਕ ਬਾਈ ਆਪਾਂ ਆਪਣੀ ਟੀਮ ਨਾਲ ਕਰਕੇ ਡਿਸਕਸ ਕਿੱਦਾਂ ਦੇਣਾ, ਡਿਸਕਸ ਕਰ ਲਾਂਗੇ ਡਿਸਕਸ, ਅਤੇ ਡਿਸਕਸ਼ਨ ਹੋਣੀ ਆਪਣੀ ਆਪਣੀ ਟੀਮ ਦੇ ਨਾਲ। ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਕਹਿਤਾ ਵੀ ਇਹਦਾ ਲਿੰਕ ਬਾਈ ਜੀ ਦੇ ਦਿਓ, ਉਸੇ ਦਿਨ ਆਪਾਂ ਲਿੰਕ ਇਹਦਾ ਛੱਡ ਦੇਵਾਂਗੇ। ਵੈਸੇ ਆਪਣੇ ਵੱਲੋਂ ਫਾਈਨਲ ਹੈ, ਕਿਉਂਕਿ ਟੀਮ ਦੀ ਸੁਣਨੀ ਪੈਂਦੀ ਆ, ਟੀਮ ਦੇ ਬਿਨਾਂ ਕੁਝ ਵੀ ਨਹੀਂ ਹੈ, ਠੀਕ ਹੈ? ਕਿਉਂਕਿ ਮੈਂ ਉਹਨਾਂ ਨੂੰ ਆਪਦੇ ਭਰਾ ਹੀ ਸਮਝਦਾ। ਓਏ 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 ਓਏ, ਬਾਕੀ ਓਏ ਓਏ, ਇਹਦੇ ਵੀਰਾਂ ਦਾ ਕੀ ਹੋਈ ਜਾਂਦਾ, ਇਹ ਤਾਂ ਮੇਰੀ ਕੁਰਸੀ ਪਿੱਛੇ ਭੱਜ ਜਾਂਦੀ।
ਪਿਆ, ਕਾਫੀ ਬਾਲੀ ਫੜਦਾ ਟਰੈਕਟਰ ਆਪਣੇ। ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਮੁੰਡੇ ਇਹਦੇ ਨਾਲ ਹੁਣ ਸਿੱਟ ਕੇ ਆਉਣੀ ਆ ਟਰਾਲੀ, ਠੀਕ ਹੈ, ਮੰਡੀ ਦੇ ਵਿੱਚ। ਅਤੇ ਬਾਕੀ ਹੋਰ ਕੀ ਕਰਨਾ ਮੈਨੂੰ ਆਪ ਨੂੰ ਨਹੀਂ ਹੁਣ ਪਤਾ ਲੱਗ ਰਿਹਾ, ਕਿਉਂਕਿ ਕੰਮ ਬਹੁਤ ਜ਼ਿਆਦਾ ਨੇ ਅਤੇ ਟਾਈਮ ਦੀ ਘਾਟ ਬਹੁਤ ਜ਼ਿਆਦਾ। ਅਤੇ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਟਰੈਕਟਰ ਹੀ ਦਿਖਾਉਣਾ ਆਪਾਂ, ਇੱਦਾਂ ਦਾ ਕੁਛ ਨਹੀਂ ਹੈ ਵੀ ਛੂਮ ਛੜਾਕ ਵਾਲਾ ਕੰਮ ਨਾ। ਅਤੇ ਇੱਕ ਟਰੈਕਟਰ ਹੋਰ ਆਇਆ ਆਪਣੇ ਕੋਲ ਨੈਕਸਟ ਵੀਡੀਓ ਦੇ ਵਿੱਚ, ਹੁਣ ਉਹ ਦਿਖਾ ਦੇਣਾ। ਅਤੇ ਲਿੰਕ ਤੁਹਾਨੂੰ ਪਤਾ ਹੀ ਆ, ਮਿਲ ਹੀ ਜਾਣੀ। ਲਿੰਕ ਵਾਲਾ ਤਾਂ ਕੰਮ ਸਿੰਪਲ ਹੀ ਆ, ਅਤੇ ਡਾਇਨਾਸੌਰ ਦਾ ਲਿੰਕ ਵੀ ਆ ਜਾਣਾ, ਠੀਕ ਆ। ਲਿੰਕ ਲਿੰਕ ਹੋਏ ਵੀ ਕਿੰਨੇ ਲਿੰਕ ਹੋ ਗਏ ਹੁਣ, ਠੀਕ ਆ। ਇੱਕ ਮੇਰੀ ਨਿਗਾਹ ਦੇ ਵਿੱਚ ਹੋਰ ਟਰੈਕਟਰ ਆ ਜਿਹਦਾ ਲਿੰਕ ਆਉਣਾ, ਬਾਕੀ ਲਿੰਕ ਲਿੰਕ ਹੀ ਕਰ ਦੇਣਾ ਯਾਰ ਕੰਮ। ਹਾਏ ਹਾਏ ਹਾਏ, ਕਹਿੰਦੇ ਵੀ ਸਿਰਾ ਹੋਇਆ ਪਿਆ। ਅਤੇ ਲਓ ਵੀ ਮੁੰਡੇ ਆ ਗਿਆ ਆਪਾਂ ਇੱਥੇ, ਟਰਾਲੀ ਆਪਾਂ ਤਾਂ ਛੱਡ ਜਾਣੀ, ਕਿਉਂਕਿ ਇੰਨੀ ਟਰਾਲੀ ਕਿਹੜਾ ਲਾ ਹੈ, ਉਹ ਆਪਣੇ ਆਪ ਲਾ ਲੈਂਦੇ ਹੁੰਦੇ ਆ। ਅਤੇ ਆਪਾਂ ਚੱਲਦੇ ਹਾਂ ਘਰ ਨੂੰ। ਅਤੇ ਡਾਇਨਾਸੌਰ ਵਾਲਿਆਂ ਦਾ ਵੀ ਮੈਸੇਜ ਆ ਗਿਆ, ਉਹ ਨੋਟ ਕਰਾਉਣਾ ਸੀਗਾ। ਅਤੇ ਉਹ ਕਹਿੰਦੇ ਜੀ ਪਹੁੰਚੋ। ਅਤੇ ਇੱਕ ਨਾ ਪਤੰਦਰ ਦੀਆਂ ਸੈਟਿੰਗਾਂ ਸੈਟਿੰਗਾਂ ਨੇ ਲੈ ਲਏ। ਅਤੇ ਉਹ ਵੀ ਲੈ ਕੇ ਆਉਣਾ ਜਾ ਕੇ, ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੱਲਦੇ ਹਾਂ। ਅਤੇ ਮਿਲਦੇ ਹਾਂ ਤੁਹਾਨੂੰ, ਬਾਬਾ ਏ, ਟੇਕ ਕੇਅਰ, ਜਿਉਂਦੇ ਵੱਸਦੇ ਰਹੋ। ਅਤੇ ਯਾਦ ਰੱਖਿਓ, ਬੈਲ ਦੇ ਆਈਕਨ ਨੂੰ ਦਬਾਉਣਾ। ਅਤੇ ਇਹ ਨਹੀਂ ਕਹਿਣਾ ਵੀ ਬਾਈ ਹਰ ਵੀਡੀਓ ਦੇ ਵਿੱਚ ਲਿੰਕ ਤਾਂ ਲਾਰਾ ਲਾ ਜਾਂਦਾ, ਲਾਰੇ ਕਦੇ ਅੱਜ ਤੱਕ ਲਾਏ ਨਹੀਂ। ਅਤੇ 20K 'ਤੇ ਨਿਸ਼ੂ ਦੇਸਵਾਲ ਵਾਲੇ ਸਵਰਾਜ ਦਾ ਲਿੰਕ ਆਊਗਾ। ਅਤੇ ਨੈਕਸਟ ਵੀਡੀਓ ਦੇ ਵਿੱਚ ਉਹ ਟਰੈਕਟਰ ਆਜੂਗਾ ਆਪਣੇ ਕੋਲ ਦੋਨੇ, ਠੀਕ ਆ। ਉਹ ਤਰ੍ਹਾਂ ਵੀ ਕੰਮ ਇੱਕ ਦੋ ਕਰਨੇ। ਅਤੇ ਚੱਲਦੇ ਹਾਂ ਹੁਣ, ਬਾਬਾ ਏ, ਟੇਕ ਕੇਅਰ, ਜਿਉਂਦੇ ਵੱਸਦੇ ਰਹੋ। ਭੈਣ ਪੱਟਾਂ ਵਿੱਚ ਮੇਰੇ